ਪ੍ਰਾਣੂ ਜਨਮ ਸੀ। ਮੇਰਾ ਨਾਮ ਨਵਦੀਪ, ਪਿੰਡ ਮੇਰਾ ਦਨਿਆਲ, ਔਰ ਇਸ ਟਾਈਮ ਮੈਨੂੰ ਪਰਮੇਸ਼ਵਰ ਨੇ ਆਸਟ੍ਰੇਲੀਆ ਦੇ ਵਿੱਚ ਲੈਂਦਾ, ਮੈਂ ਆਸਟ੍ਰੇਲੀਆ ਦੇ ਵਿੱਚ ਰਹਿ ਰਹੀ ਹਾਂ। ਮੈਂ ਪਰਮੇਸ਼ਵਰ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਪਰਮੇਸ਼ਵਰ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੀ ਗਵਾਹੀ ਦੇ ਨੂੰ ਸਭ ਭੈਣ ਭਰਾਵਾਂ ਦੇ ਨਾਲ ਸਾਂਝੀ ਕਰ ਸਕਾਂ। ਮੈਂ ਸੋਹਣੇ ਸਮੇਂ ਦੇ ਲਈ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ, ਪ੍ਰਭੂ ਯਿਸੂ ਮਸੀਹ ਜੀ ਦਾ, ਕਿ ਜਦੋਂ ਤੋਂ ਪਰਮੇਸ਼ਵਰ ਮੇਰੇ ਜੀਵਨ ਦੇ ਵਿੱਚ ਆਏ, ਹਰ ਦਿਨ ਹਰ ਸਮਾਂ ਮੇਰੇ ਜੀਵਨ ਦੇ ਵਿੱਚ ਇੱਕ ਗਵਾਹੀ ਆ। ਸਭ ਤੋਂ ਵੱਡੀ ਗਵਾਹੀ ਕਿ ਪਰਮੇਸ਼ਵਰ ਨੇ ਮੇਰੇ ਜੀਵਨ ਨੂੰ ਬਦਲਿਆ। ਮੈਂ ਜੋ ਪਹਿਲਾਂ ਹਨੇਰੇ ਵਿੱਚ ਸੀ, ਪਰਮੇਸ਼ਵਰ ਨੇ ਮੈਨੂੰ ਚਾਨਣ ਦੇ ਵਿੱਚ ਲਿਆਂਦਾ। ਜੋ ਮੈਂ ਪਾਪ ਦੇ ਵਿੱਚ ਫਸੀ ਹੋਈ ਸਾਂ, ਪਰਮੇਸ਼ਵਰ ਮੈਨੂੰ ਪਾਪ ਦੇ ਵਿੱਚੋਂ ਕੱਢਿਆ ਔਰ ਮੇਰੇ ਜੀਵਨ ਨੂੰ ਬਦਲੀ ਕੀਤਾ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ। ਮੈਂ ਗਵਾਹੀ ਬਹੁਤ ਸਮੇਂ ਤੋਂ ਦੇਣਾ ਚਾਹ ਰਹੀ ਸੀ ਕਿ ਜਦੋਂ ਤੋਂ ਮੈਂ ਇੱਥੇ ਆਸਟ੍ਰੇਲੀਆ ਦੇ ਵਿੱਚ ਆਈ, ਪ੍ਰਭੂ ਨੇ ਮੇਰੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਕੰਮ ਕੀਤੇ, ਔਰ ਕੁਝ ਸਮਾਂ ਪਹਿਲਾਂ ਵੀ ਇੱਕ ਬਹੁਤ ਵੱਡਾ ਕੰਮ ਪਰਮੇਸ਼ਵਰ ਨੇ ਮੇਰੇ ਜੀਵਨ ਦੇ ਵਿੱਚ ਕੀਤਾ। ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਤਾਂ ਉਹ ਕੰਮ ਛੋਟਾ ਹੈ, ਲੇਕਿਨ ਮੇਰੇ ਵਾਸਤੇ ਉਹ ਕੰਮ ਕਾਫੀ ਡਿਫੀਕਲਟ ਸੀ ਜਿਸ ਦੇ ਵਿੱਚ ਪਰਮੇਸ਼ਵਰ ਨੇ ਮੈਨੂੰ ਕੱਢਿਆ। ਜਦੋਂ ਮੈਂ ਇੱਥੇ ਨਵੰਬਰ ਦੇ ਵਿੱਚ, ਪਰਮੇਸ਼ਵਰ ਜਦੋਂ ਮੈਨੂੰ ਵੀਜ਼ੇ ਦੇ ਨਾਲ ਬਲੈਸ ਕੀਤਾ ਔਰ ਮੈਂ ਆਸਟ੍ਰੇਲੀਆ ਦੇ ਵਿੱਚ ਆਈ, ਮੈਂ ਇੱਥੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਆਈ। ਮੇਰੇ ਮਾਮਾ ਜੀ ਦਾ ਬੇਟਾ ਸੀ, ਮੈਂ ਉਹਨਾਂ ਦੇ ਕੋਲ ਗਈ ਤਾਂ ਉਹਨਾਂ ਨੇ ਜਦੋਂ ਪਤਾ ਚੱਲਿਆ ਕਿ ਮੈਂ ਪਰਮੇਸ਼ਵਰ ਨੂੰ ਮੰਨਦੀ ਹਾਂ, ਮੈਂ ਪਰਮੇਸ਼ਵਰ ਦੀ ਜਿਹੜੀ ਹੈ ਕਿ ਇੱਕ ਪ੍ਰਭੂ ਯਿਸੂ ਮਸੀਹ ਨੂੰ ਮੰਨਣ ਵਾਲੀ ਹਾਂ, ਤਾਂ ਉਹਨਾਂ ਨੇ ਮੇਰਾ ਚਰਚ ਜਾਣ ਤੋਂ ਵਿਰੋਧ ਕੀਤਾ। ਜਦੋਂ ਮੇਰਾ ਚਰਚ ਜਾਣ ਤੋਂ ਵਿਰੋਧ ਕੀਤਾ ਗਿਆ ਤਾਂ ਮੈਂ ਉਸ ਘਰ ਦੇ ਵਿੱਚ ਰਹਿਣਾ ਮੈਨੂੰ ਸਹੀ ਨਹੀਂ ਲੱਗਿਆ ਔਰ ਮੈਂ ਆਪਣੀ ਮਰਜ਼ੀ ਦੇ ਨਾਲ ਉਸ ਜਗ੍ਹਾ ਨੂੰ ਛੱਡਤਾ। ਸਿਰਫ ਅਜੇ ਕੁਛ ਹੀ ਦਿਨ ਹੋਏ ਸੀ, ਮੈਨੂੰ ਕੁਛ ਨਹੀਂ ਸੀ ਪਤਾ ਕਿੱਥੇ ਜਾਣਾ। ਫਿਰ ਮੈਂ ਇੱਕ ਹੋਰ ਰਿਸ਼ਤੇਦਾਰ ਸੀ, ਉਹਨਾਂ ਦੇ ਕੋਲ ਗਈ। ਉਹ ਵੀ ਪਰਮੇਸ਼ਵਰ ਦੇ ਵਿੱਚ ਵਿਸ਼ਵਾਸ ਨਹੀਂ ਸੀ ਕਰਦੇ, ਤਾਂ ਮੈਨੂੰ ਉੱਥੇ ਵੀ ਥੋੜ੍ਹੀ ਬਹੁਤ ਡਿਫੀਕਲਟੀਜ਼ ਹੁੰਦੀਆਂ ਸੀ ਕਿ ਮੈਂ ਪ੍ਰਾਰਥਨਾ ਕਰਨੀ, ਉੱਥੇ ਗਾਣੇ ਹੋਣੇ, ਮੂਵੀ ਚੱਲੀਆਂ, ਜੋ ਚੀਜ਼ਾਂ ਪਰਮੇਸ਼ਵਰ ਨਹੀਂ ਪਸੰਦ, ਕੁਝ ਗੱਲਾਂ ਇਹੋ ਜਿਹੀਆਂ। ਮੈਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕੀਤੀ ਔਰ ਪਰਮੇਸ਼ਵਰ ਨੇ ਮੈਨੂੰ ਇੱਕ ਹੋਰ ਜਗ੍ਹਾ 'ਤੇ ਲੈ ਕੇ ਗਏ। ਇੱਥੇ ਮੈਨੂੰ ਕੁਝ ਮਸੀਹ ਭੈਣ ਭਰਾ ਮਿਲੇ, ਮੈਂ ਉਹਨਾਂ ਦੇ ਕੋਲ ਰਹੀ। ਪਰਮੇਸ਼ਵਰ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਰੱਖਿਆ। ਸਟਾਰਟਿੰਗ ਦੇ ਵਿੱਚ ਮੇਰੇ ਕੋਈ ਜੋਬ ਨਹੀਂ ਸੀ ਔਰ ਜਦੋਂ ਮੈਂ ਮਸੀਹ ਭੈਣ ਭਰਾ ਦੇ ਕੋਲ ਰਹਿ ਰਹੀ ਸੀ, ਉਦੋਂ ਵੀ ਮੇਰੇ ਕੋਲ ਜਦੋਂ ਕੋਈ ਜੋਬ ਨਹੀਂ ਸੀ, ਮੇਰਾ ਖਰਚ ਵਰਚ ਨਿਕਲਣਾ ਬੜਾ ਮੁਸ਼ਕਿਲ ਸੀ, ਪਰ ਪਰਮੇਸ਼ਵਰ ਨੇ ਮੇਰੀ ਸਹਾਇਤਾ ਕੀਤੀ ਔਰ ਸਟਾਰਟਿੰਗ ਦੇ 6 ਮਹੀਨੇ ਮੈਨੂੰ ਪਰਮੇਸ਼ਵਰ ਨੇ ਇੰਨੇ ਵਧੀਆ ਤਰੀਕੇ ਦੇ ਨਾਲ ਰੱਖਿਆ ਕਿ ਮੈਂ ਸੋਚ ਵੀ ਨਹੀਂ ਸੀ ਸਕਦੀ। ਪਰਮੇਸ਼ਵਰ ਨੇ ਮੇਰੀ ਹਰ ਇੱਕ ਚੀਜ਼ ਪੂਰੀ ਕੀਤੀ, ਮੇਰੀ ਲੋੜ ਤੋਂ, ਮੇਰੀ ਸੋਚ ਤੋਂ ਵਧੀਕ ਪੂਰਾ ਕੀਤਾ ਮੇਰੇ ਪਰਮੇਸ਼ਵਰ ਨੇ। ਮੈਂ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਦੀ ਹਾਂ ਕਿ ਪਰਮੇਸ਼ਵਰ ਮੈਨੂੰ ਇੰਨੇ ਵਧੀਆ ਤਰੀਕੇ ਨਾਲ ਸੰਭਾਲਿਆ। ਜਿਸ ਤਰ੍ਹਾਂ ਵਚਨ ਦੇ ਵਿੱਚ ਲਿਖਿਆ ਆ ਕਿ ਉਹ ਕਾਸ਼ ਦੇ ਪੰਛੀਆਂ ਵੱਲ ਦੇਖੂ, ਨਾ ਬੀਜਦੇ ਨਾ ਵੱਢਦੇ ਤੇ ਨਾ ਇਕੱਠਾ ਹੀ ਕਰਦੇ, ਪਰ ਸਵਰਗੀ ਪਿਤਾ ਕਿੰਨਾ ਹੀ ਮਹਾਨ ਆ ਜੋ ਉਹਨਾਂ ਨੂੰ ਵੀ ਜਿਹੜਾ ਕਿ ਰੋਟੀ ਖਵਾਲ ਕੇ ਹੀ ਸੌਂਦਾ ਆ, ਤਾਂ ਕੀ ਅਸੀਂ ਉਹਨਾਂ ਨਾਲ ਉੱਤਮ ਨਹੀਂ? ਪਰਮੇਸ਼ਵਰ ਜੀ, ਸੱਚਮੁੱਚ ਅਸੀਂ ਆਪਾਂ ਉੱਤਮ ਹਾਂ ਔਰ ਪਰਮੇਸ਼ਵਰ ਨੇ ਜੋ ਮੈਨੂੰ ਹਰ ਇੱਕ ਚੀਜ਼ ਮੇਰੇ ਲਈ ਮੁਹੱਈਆ ਕੀਤੀ। ਬਹੁਤ ਸਾਰੀਆਂ ਡਿਫੀਕਲਟੀਜ਼ ਆਈਆਂ, ਕਈ ਵਾਰ ਵਚਨ ਤੋਂ ਲੈ ਕੇ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਸੀ ਕਿ ਮੇਰਾ ਉੱਥੇ ਰਹਿਣਾ ਮੁਸ਼ਕਿਲ ਹੋ ਜਾਂਦਾ ਸੀ। ਮੈਨੂੰ ਕਈ ਵਾਰ ਕੁਛ ਨਹੀਂ ਸੀ ਪਤਾ ਹੁੰਦਾ ਕਿ ਹੁਣ ਮੈਂ ਕੱਲ੍ਹ ਨੂੰ ਕਿੱਥੇ ਰਹਾਂਗੀ, ਪਰ ਪਰਮੇਸ਼ਵਰ ਨੇ ਜਦੋਂ ਜਦੋਂ ਕੋਈ ਸਮੱਸਿਆ ਪਈ, ਮੈਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਨੀ, ਮੈਂ ਰੋਣਾ ਪਰਮੇਸ਼ਵਰ ਦੇ ਅੱਗੇ ਔਰ ਪ੍ਰਾਰਥਨਾ ਕਰਦੇ ਨਾਲ ਹੀ ਜਿਹੜਾ ਹੈ ਕਿ ਮੇਰੇ ਲਈ ਚੰਗੀ, ਜਿਸ ਜਗ੍ਹਾ 'ਤੇ ਮੈਂ ਪਹਿਲਾਂ ਰਹਿ ਰਹੀ ਸੀ ਉਸ ਤੋਂ ਵਧੀਆ ਜਗ੍ਹਾ 'ਤੇ ਰਹਿਣ ਦਾ ਇੰਤਜ਼ਾਮ ਹੋਣਾ। ਹੁਣ ਕੁਝ ਦਿਨ ਪਹਿਲਾਂ ਮੇਰੀ ਫੀਸ ਪੇ ਕਰਨ ਵਾਲੀ ਸੀਗੀ ਯੂਨੀਵਰਸਿਟੀ ਦੀ, ਕਿਉਂਕਿ ਹਰ 3 ਮਹੀਨਿਆਂ ਦਾ ਇੱਥੇ ਸਮੈਸਟਰ ਹੁੰਦਾ ਆ ਔਰ ਟਾਈਮ ਬਹੁਤ ਜਲਦੀ ਬੀਤ ਜਾਂਦਾ ਆ। ਕੰਟੀਨਿਊਸਲੀ ਮੇਰਾ ਇੱਥੇ ਆਉਣ ਤੋਂ ਬਾਅਦ 3rd ਸਮੈਸਟਰ ਸੀ, ਤਾਂ ਘਰ ਦੇ ਵਿੱਚੋਂ ਹੀ ਫੀਸ ਆ ਰਹੀ ਸੀ। ਸਟਾਰਟਿੰਗ ਵਿੱਚ ਮੇਰੇ ਕੋਈ ਜੋਬ ਨਹੀਂ ਸੀ, ਚਲੋ ਪਰਮੇਸ਼ਵਰ ਨੇ ਹੁਣ ਇੱਕ ਜੋਬ ਵੀ ਦਿੱਤੀ ਆ, ਪਰਮੇਸ਼ਵਰ ਦਾ ਧੰਨਵਾਦ ਆ। ਤਾਂ ਮੇਰੀ ਫੀਸ ਡਿਊ ਸੀ 540 ਪੇ ਕਰਨੀ ਸੀ ਮੈਂ, ਉੱਥੋਂ 3000 ਮੇਰਾ ਫੀਸ ਦਾ ਜੇ ਡਿਊ ਸੀਗਾ ਮੇਰਾ, ਕਿਤੇ ਨਹੀਂ ਸੀ ਪਤਾ। ਮੈਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰ ਰਹੀ ਸੀ ਕਿ ਮੇਰਾ ਸਪਟੈਂਬਰ ਦੇ ਵਿੱਚ ਜਿਹੜਾ ਹੈ ਕਿ ਮੈਨੂੰ ਸਮਾਂ ਦਿੱਤਾ ਜਾਵੇ ਕਿ ਉਸ ਸਮੇਂ ਤੱਕ ਮੈਂ ਕਰ ਸਕਾਂ, ਲੇਕਿਨ ਯੂਨੀਵਰਸਿਟੀ ਵਾਲਿਆਂ ਨੇ ਮੇਰੀ ਗੱਲ ਨੂੰ ਨਹੀਂ ਮੰਨਿਆ। ਮੈਂ ਰਿਕੁਐਸਟ ਕੀਤੀ, ਉਸ ਨੂੰ ਉਹਨਾਂ ਨੇ ਨਹੀਂ ਐਕਸੈਪਟ ਕੀਤਾ। ਤਾਂ ਮੈਨੂੰ ਇੱਕ ਦਿਨ ਕਾਲ ਆਈ, ਮੈਂ ਜੋਬ 'ਤੇ ਸੀ, ਕਿ ਤੁਹਾਨੂੰ ਸਿਰਫ 24 ਤੋਂ 36 ਘੰਟਿਆਂ ਦੇ ਵਿੱਚ ਵਿੱਚ ਸਾਰੀ ਫੀਸ ਪੇ ਕਰਨੀ ਪਊਗੀ, ਨਹੀਂ ਤਾਂ ਤੁਹਾਡੀ ਐਨਰੋਲਮੈਂਟ ਕੈਂਸਲ ਹੋ ਜੂਗੀ। ਤੁਹਾਨੂੰ ਜਿਹੜਾ ਆ ਕਿ ਉਹ ਐਨਰੋਲਮੈਂਟ ਕੈਂਸਲ ਹੋ ਗਈ, ਤਾਂ ਮੈਂ ਇਸ ਜਗ੍ਹਾ 'ਤੇ ਰਹਿ ਨਹੀਂ ਸੀ ਸਕਦੀ। ਪਰ ਪਰਮੇਸ਼ਵਰ ਨੇ
मेरी बहुत सहायता की। मेनु टेंशन बिल्कुल भी नहीं सी, परमेश्वर ते भरोसा सी। मैं मन ते कोई टेंशन नहीं लई ना, मैं घर दिन पहले दस्या। मैनु पता सीगा कि हाँ मेरा परमेश्वर जिंदा परमेश्वर आ, और ये हवा जरी आ, मुहैया करने वाला परमेश्वर आ। मैनु पता सी कि परमेश्वर समय से अज तक मेरी जरूरत पूरे किया, तो परमेश्वर अगे भी पूरे करने सामर्थ रखता है। हालेलुया, परमेश्वर ने मेरी जरूरत पूरे किया। मैं जिन्ना जाने तो पूछ सकती सी क्योंकि मेरे इतने कोई खास कॉन्टेक्ट भी नहीं सी। इतने आने के बाद मेरे खास लोगों ने इतनी जान पछाण नहीं हुई क्योंकि थोड़ा समा होया मैंने इस जगह ते आई नूं। पर परमेश्वर ने जो है कि मेरी उस लोड़ नूं पूरे किया। मैं जिन्ना लोगों तो पूछा, कुछ लोगों ने मैनु जवाब दिते, फिर मैं जो एक दो जाने पूछा कोई जवाब नहीं मिले, फिर मैं घर भी दस्या। और मैं घर दस बाद मैं प्रार्थना दे विच बैठी। जो मैं प्रार्थना दे विच बैठी उस वेले मैनु फोन कॉल आई कि हाँ असि तुहानू पैसे दे सकते हैं। इसे तरह कुछ अगले दिन हुए और करदे ऑस्ट्रेलिया के $3,000 सी, इंडिया का तकरीबन 1.5 लाख रुपया बन जाता है। मैं घर पहले ही परमेश्वर ने कहा सीगा कि परमेश्वर इस बार मैं घर तो फीस नहीं मंगवानी, और इस बार जो है कि मैं इतो फीस कर सका और बिना ब्याज तो देनी। और परमेश्वर ने उस तरह ही किया। मैं परमेश्वर का धन्यवाद कर दिया। सब भैन भरा जम सकी।